ਦੋਸਤੋ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਆਪ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਇੱਕ ਸਨਮਾਨ ਦਾ ਸਨਮਾਨ ਹੋਣ ਜਾ ਰਿਹਾ, ਕਿਉਂਕਿ ਪੰਜਾਬ ਦੀ ਬਹੁਤ ਹੀ ਮਸ਼ਹੂਰ ਕਲਮ ਵਿਜੇ ਧੰਮੀ ਹੀਰਾਂ ਵਾਲੇ ਵੈਨਕੂਵਰ ਦੀ ਖੂਬਸੂਰਤ ਧਰਤੀ ਤੇ ਪਹੁੰਚੇ ਹੋਏ ਨੇ ਅਤੇ ਅੱਜ ਜੰਗ ਕਬੱਡੀ ਕਲੱਬ, ਇੰਡੋ ਕੈਨੇਡੀਅਨ ਵਰਕਰਸ ਐਸੋਸੀਏਸ਼ਨ ਅਤੇ ਰੇਡੀਓ ਇੰਡੀਆ ਵੱਲੋਂ ਸਾਂਝੇ ਯਤਨਾਂ ਦੇ ਸਦਕਾ ਉਹਨਾਂ ਨੂੰ ਗੋਲਡ ਮੈਡਲ ਅਤੇ ਪਲੈਕ ਦੇ ਕੇ ਸਨਮਾਨਿਆ ਜਾ ਰਿਹਾ। ਮੈਂ ਮਹਿਸੂਸ ਕਰ ਰਿਹਾ ਕਿ ਇਹ ਸਨਮਾਨ ਵਿਜੇ ਧੰਮੀ ਹੀਰਾਂ ਵਾਲੇ ਦਾ ਨਹੀਂ ਹੋ ਰਿਹਾ, ਸਗੋਂ ਇੱਕ ਸਨਮਾਨ ਦਾ ਸਨਮਾਨ ਹੋ ਰਿਹਾ। ਵਿਜੇ ਧੰਮੀ ਵਾਲੇ ਨੇ ਇੱਕ ਨਹੀਂ ਅਨੇਕਾਂ ਗੀਤ ਲਿਖੇ ਨੇ ਅਤੇ ਪੰਜਾਬ ਦੇ ਬਹੁਤ ਸਾਰੇ ਮਸ਼ਹੂਰ ਕਲਾਕਾਰਾਂ ਨੇ ਉਹਨਾਂ ਦੇ ਲਿਖੇ ਗੀਤਾਂ ਨੂੰ ਗਾਇਆ। ਵਿਜੇ ਧੰਮੀ ਦੇ ਲਿਖੇ ਗੀਤਾਂ ਦੀ ਸ਼ੁਰੂਆਤ ਪੰਜਾਬ ਦੇ ਮਸ਼ਹੂਰ ਕਲਾਕਾਰ ਹਰਭਜਨ ਮਾਨ ਤੋਂ ਹੁੰਦੀ ਹੈ। ਆਹ ਸੋਹਣਿਆਂ ਵੇ ਜੱਗ ਜਿਉਂਦਿਆਂ ਦੇ ਮੇਲੇ, ਸਾਡੀ ਪਿੱਠ 'ਤੇ ਜਿੰਨੇ ਵਾਰ ਹੋਏ ਸਭ ਕੀਤੇ ਜਿਗਰੀ ਯਾਰਾਂ ਨੇ, ਸੀਟੀ 'ਤੇ ਸੀਟੀ ਵੱਜੇ ਤਾਰਿਆਂ ਦੀ ਲੋਏ, ਚੰਨਾ ਆਪਾਂ ਦੋਏ ਕਦੇ ਇਕੱਠੇ ਨਹੀਂ ਹੋਏ। ਪੰਜਾਬ ਦਾ ਲਗਭਗ ਹਰ ਇੱਕ ਕਲਾਕਾਰ ਉਸਦੇ ਗੀਤ ਨੂੰ ਗਾ ਕੇ ਹਿੱਟ ਨਹੀਂ ਸਗੋਂ ਸੁਪਰ ਹਿੱਟ ਹੋਇਆ। ਰਾਤੀਂ ਇਸ਼ਕੇ ਦੀ ਹੋਈ ਬਰਸਾਤ ਸਾਰੀ ਰਾਤ ਭਿੱਜਦੇ ਰਹੇ। ਪੰਜਾਬ ਦੇ ਲਗਭਗ ਹਰ ਇੱਕ ਕਲਾਕਾਰ ਨੇ, ਸਿਰਫ ਦੋ ਚਾਰ ਕਲਾਕਾਰਾਂ ਨੂੰ ਛੱਡ ਕੇ ਜਿਹੜੇ ਅੱਜ ਦੇ ਚਰਚਿਤ ਅਤੇ ਬਹੁਤ ਚਰਚਿਤ ਗੀਤਕਾਰ ਨੇ, ਉਹਨਾਂ ਦੇ ਵਿੱਚ ਨਾਮ ਵਿਜੇ ਧੰਮੀ ਦਾ ਆਉਂਦਾ ਅਤੇ ਸੁਪਰ ਡੁਪਰ ਹਿੱਟ ਕਲਾਕਾਰਾਂ ਨੇ ਵਿਜੇ ਧੰਮੀ ਦੇ ਲਿਖੇ ਗੀਤਾਂ ਨੂੰ ਗਾਇਆ। ਸੋ ਅੱਜ ਵਿਜੇ ਧੰਮੀ ਨੂੰ ਆਸ਼ੀਆਨਾ ਰੈਸਟੋਰੈਂਟ ਸਰੀ ਦੇ ਵਿੱਚ ਸਨਮਾਨਿਤ ਕੀਤਾ ਜਾ ਰਿਹਾ। ਆਓ ਤੁਹਾਨੂੰ ਹੁਣ ਸਨਮਾਨ ਦੇ ਵਿੱਚ ਲੈ ਚੱਲੀਏ। ਤੁਹਾਨੂੰ ਜੀ ਆਖਦਾ, ਤੁਸੀਂ ਸਾਡੇ ਦੇਸ਼ 'ਚ ਆਏ ਹੋ, ਕੋਈ 18 ਸਾਲ ਪਹਿਲਾਂ ਇਹਨਾਂ ਦੀ ਸਾਡੇ ਨਾਲ ਮੁਲਾਕਾਤ, ਜਦੋਂ ਮੇਰੇ ਪਿਤਾ ਜੀ ਪੂਰੇ ਹੋਏ ਤਾਂ ਸਾਡੇ ਘਰ ਹੀ ਆਏ ਸੀ ਭਾਜੀ ਮਲਕੀਤ ਹੋਣਾ ਨਾਲ। ਉਸ ਤੋਂ ਬਾਅਦ ਸਾਡੀ ਲਗਾਤਾਰ ਤਕਰੀਬਨ ਫੋਨ 'ਤੇ ਵੀ ਗੱਲਬਾਤ ਹੁੰਦੀ ਰਹੀ। ਹੁਣ ਵੀ ਜਦੋਂ ਅਸੀਂ ਪੰਜਾਬ ਗਏ ਜਸਵੀਰ ਹੋਣਾ ਦੇ ਨਾਲ, ਨਕੋਦਰ ਭਾਈ ਤੱਖਰ ਸਾਹਿਬ, ਅਤੇ ਇਹਨਾਂ ਨੇ ਕਾਫੀ ਉੱਥੇ ਵੱਡਾ ਇਕੱਠ ਕਰਕੇ ਜਸਵੀਰ ਹੋਣਾ ਦੇ ਮਾਣ 'ਚ ਇੱਕ ਪਾਰਟੀ ਕੀਤੀ ਸੀ। ਹੁਣੇ ਅਸੀਂ ਧੰਮੀ ਸਾਹਿਬ ਦੇ ਗੀਤਾਂ ਦੀ ਮੈਂ ਗੱਲ ਕਰਦਾ ਕਿ ਹੁਣੇ ਹੀ ਅਸੀਂ ਜਸਵੀਰ ਦੀ ਕਾਰ ਵਿੱਚ ਇੱਕ ਲੱਗਾ ਸੀ, ਸੋਨੇ ਦੇ ਆਵੇ ਕੰਗਣਾ, ਸਾਫ਼ ਸੁਥਰੇ ਗੀਤ ਜਿਹੜੇ ਪਰਿਵਾਰਾਂ 'ਚ ਵੀ ਸੁਣ ਸਕਦੇ ਹਾਂ। ਉੱਥੇ ਵੀ ਜਦੋਂ ਮੈਂ ਪੰਜਾਬ ਗਿਆ, ਇੱਕ ਗੀਤ ਸੀ, ਬਾਰ ਬਾਰ ਡਰਾਈਵਰ ਲਾ ਰਿਹਾ ਸੀ, ਮੈਨੂੰ ਲੱਗਾ ਕਿ ਸ਼ਾਇਦ ਉਹ ਕਿਸੇ ਸੂਫੀ ਸ਼ਾਇਰ ਦਾ ਲਿਖਿਆ ਹੋਇਆ, ਮੈਨੂੰ ਐਵੇਂ ਨਾ ਸਮਝਾਓ ਤੁਸੀਂ, ਐਵੇਂ ਚੱਕਰਾਂ ਵਿੱਚ ਨਾ ਪਾਓ ਤੁਸੀਂ। ਫਿਰ ਉਸ ਤੋਂ ਬਾਅਦ ਮੈਂ ਵੀ ਸੁਣ ਲੱਗ ਪਿਆ, ਔਰ ਚੰਗੀ ਗੱਲ ਆ, ਅਸੀਂ ਜਿਵੇਂ ਭਾਅ ਜੀ ਨੇ ਕਿਹਾ ਕਿ ਸਾਫ਼ ਸੁਥਰੀ ਗੱਲ, ਕਿਉਂਕਿ ਪੰਜਾਬ ਵਿੱਚ ਜੋ ਕੁਛ ਹੋ ਰਿਹਾ ਸ਼ਰਮ ਆਉਂਦੀ ਆ ਉਹ ਗੀਤ ਜਿਹੜੇ ਸੁਣ ਕੇ, ਤੁਹਾਡਾ ਆਪਦਾ ਵੀ ਤੁਸੀਂ ਇਸ ਪੰਜਾਬ 'ਚ ਆਹ ਕੁਛ ਹੋ ਰਿਹਾ, ਪਰ ਅਸੀਂ ਤੁਹਾਡੇ ਤੋਂ ਬਿਨਾਂ ਹੋਰ ਵੀ ਜਿਹੜੇ ਲਿਖਣ ਵਾਲੇ ਉਹਨਾਂ ਨੂੰ ਕਹਾਂਗੇ ਕਿ ਸਾਫ਼ ਸੁਥਰਾ ਲਿਖੋ, ਤਾਂ ਜੋ ਗਾਉਣ ਵਾਲੇ ਵੀ ਸਾਫ਼ ਸੁਥਰਾ ਗਾ ਸਕਣ। ਬਾਕੀ ਇਕੱਲੀ ਨੱਚਣ ਗਾਉਣ ਦੀ ਗੱਲ ਨਹੀਂ, ਉਸ ਤੋਂ ਬਿਨਾਂ ਹੋਰ ਵੀ ਮਸਲੇ ਜਿਵੇਂ ਭਰੂਣ ਹੱਤਿਆ ਦੀ ਔਰ ਡਰੱਗਸ ਦੇ ਆ, ਜਾਂ ਹੋਰ ਸਮਾਜ ਵਿੱਚ ਹੋਰ ਬੁਰਾਈਆਂ ਦੀ ਤੁਸੀਂ ਗੱਲ ਕੀਤੀ ਆ, ਇਹ ਚੰਗੀ ਗੱਲ ਆ, ਔਰ ਮੈਂ ਇਹਦੇ ਲਈ ਤੁਹਾਨੂੰ ਵਧਾਈ ਦਿੰਦਾ ਅਤੇ ਨਾਲ ਹੀ ਤੁਹਾਨੂੰ ਜੀ ਆਇਆਂ ਵੀ ਆਖਦਾ ਫਿਰ ਇੱਕ ਵਾਰ ਧੰਨਵਾਦ। ਅਤੇ ਹੁਣ ਮੈਂ ਬੇਨਤੀ ਕਰਾਂਗਾ ਗੁਰਮੁਖ ਸਿੰਘ ਕੁਲਾਰਹੋੜਾ ਨੂੰ, ਜੰਗ ਕਬੱਡੀ ਕਲੱਬ ਤੋਂ ਨੇ, ਉਹ ਵੀ ਆ ਕੇ 2 ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ। ਮੈਂ ਸਾਰਿਆਂ ਤੋਂ ਪਹਿਲਾਂ ਸਾਡੇ ਸੱਜਣ ਵਿਜੇ ਧੰਮੀ ਦਾ ਵੈਲਕਮ ਕਰਦੇ ਹਾਂ ਕਿ ਉਹਨਾਂ ਨੇ ਕੈਨੇਡਾ ਦੇ ਵਿੱਚ ਸਾਰਿਆਂ ਸਾਡੇ ਸੱਜਣਾ ਭਰਾਵਾਂ ਦੇ ਰੂਬਰੂ ਹੋ ਕੇ ਸਾਨੂੰ ਬੜਾ ਸੁੱਖ ਅਤੇ ਮਾਣ ਪ੍ਰਾਪਤ ਦਿੱਤਾ ਹੈਗਾ, ਅਤੇ ਸਾਰੇ ਭਰਾ ਅਸੀਂ ਇਕੱਠੇ ਹੋ ਕੇ ਪ੍ਰੋਗਰਾਮ ਬਣਾਇਆ ਕਿ ਸਾਰੇ ਭਰਾ ਇਕੱਠੇ ਹੋਈਏ ਅਤੇ ਸਾਰਿਆਂ ਨੇ ਟਾਈਮ ਮਿਲੇ ਕਿ ਧੰਮੀ ਸਾਹਿਬ ਦੇ ਸਾਰੇ ਭਰਾ ਦਰਸ਼ਨ ਕਰਨ ਔਰ ਸਾਰੇ ਰਲ ਕੇ ਇਹਨਾਂ ਦੀ ਹੌਸਲਾ ਪਸਾਈ ਕਰਨ ਕਿ ਇਹਨਾਂ ਨੇ ਜੋ ਵੀ ਇਹਨਾਂ ਦੀ ਕਲਮ ਦੇ ਵਿੱਚੋਂ ਅੱਜ ਤਾਈਂ ਲਿਖਿਆ ਗਿਆ ਹੈਗਾ ਉਹ ਬੜਾ ਸਲਾਹੁਣ ਯੋਗ ਆ। ਦੁਨੀਆ ਦੇ ਕੋਨੇ ਕੋਨੇ ਦੇ ਵਿੱਚ ਜਿੱਥੇ ਧੰਮੀ ਹੀਰਾਂ ਵਾਲੇ ਦੇ ਲਿਖੇ ਗੀਤ ਅੱਜ ਵੀ ਗੂੰਜਦੇ ਨੇ, ਅਤੇ ਉੱਥੇ ਪੰਜਾਬ ਦਾ ਇੱਕ ਹੋਰ ਬਹੁਤ ਖੂਬਸੂਰਤ ਫਨਕਾਰ ਹੈ, ਖੂਬਸੂਰਤ ਕਲਾਕਾਰ ਹੈ, ਜਿਸ ਨੂੰ 16 ਕਲਾ ਸੰਪੂਰਨ ਅਸੀਂ ਆਖ ਸਕਦੇ ਹਾਂ। ਜਗਾਉਂਦਾ ਬੜਾ ਕਮਾਲ ਦਾ, ਲਿਖਦੇ ਬਹੁਤ ਕਮਾਲ ਦੇ ਹੈ, ਐਕਟਰ ਬੜੇ ਕਮਾਲ ਦੇ ਹੈ, ਅਤੇ ਸਾਰੀਆਂ ਚੀਜ਼ਾਂ ਜੇਕਰ ਇੱਕ ਇਨਸਾਨ ਵਿੱਚ ਹੋ ਜਾਣ ਪਈ, ਪਰ ਕਈ ਵਾਰੀ ਉਹ ਇਨਸਾਨ ਨਹੀਂ ਚੰਗੇ ਹੁੰਦੇ, ਪਰ ਜੇਕਰ ਧੰਮੀ ਹੀਰਾਂ ਵਾਲੇ ਵਾਂਗ ਉਹ ਇੱਕ ਕਲਮ ਦੇ ਧਨੀ ਦੇ ਹੋਣ ਦੇ ਨਾਲ ਨਾਲ ਇੱਕ ਚੰਗੇ ਇਨਸਾਨ ਵੀ ਹੋਣ, ਫਿਰ ਤਾਂ ਸੋਨੇ 'ਤੇ ਸੁਹਾਗਾ ਹੋ ਜਾਂਦਾ। ਮੈਂ ਗੱਲ ਕਰ ਰਿਹਾ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਮਾਣ ਜਨਾਬ ਗੁਰਦਾਸ ਮਾਨ ਹੋਰਾਂ ਦੀ। ਸੋ ਗੁਰਦਾਸ ਮਾਨ ਹੋਰਾਂ ਦਾ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਨਿਰਮਲ ਧਾਲੀਵਾਲ ਜੀ, ਜਿੱਥੇ ਕਿਤੇ ਵੀ ਗੁਰਦਾਸ ਮਾਨ ਜੀ ਦੇ ਸ਼ੋਅ ਹੁੰਦੇ ਨੇ। ਸੋ ਨਿਰਮਲ ਧਾਲੀਵਾਲ ਹੋਰਾਂ ਦੀ ਰਹਿਨਮਾਈ ਦੇ ਹੇਠ ਇਹਨਾਂ ਦੀ ਜਿਹੜੀ ਕੰਪਨੀ ਹੈ ਸਾਈਂ ਪ੍ਰੋਡਕਸ਼ਨ ਵਾਲੇ ਕਰਵਾਉਂਦੇ ਹੈ। ਸੋ ਮੈਂ ਧਾਲੀਵਾਲ ਸਾਹਿਬ ਨੂੰ ਬੇਨਤੀ ਕਰਾਂਗਾ ਕਿ 2 ਸ਼ਬਦ ਉਹ ਵੀ ਆ ਕੇ ਤੁਹਾਡੇ ਨਾਲ ਸਾਂਝੇ ਕਰਨਗੇ। ਧਾਲੀਵਾਲ ਸਾਹਿਬ, ਸਾਰਿਆਂ ਨੂੰ ਥੈਂਕ ਯੂ ਵੈਰੀ ਮੱਚ ਆਉਣ ਲਈ। ਮੈਨੂੰ ਤਾਂ ਆਪਣੇ ਆਪ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਧੰਮੀ ਸਾਹਿਬ ਵਰਗੇ ਇਨਸਾਨ ਦੀ ਗੱਲ ਕਰ ਰਿਹਾ। ਮੇਰੇ ਲਈ ਆਪਣੇ ਆਪ ਲਈ ਬੜਾ ਵੱਡਾਪਣ ਹੈ ਕਿ ਮੈਨੂੰ ਇਹ ਮੌਕਾ ਦਿੱਤਾ ਕਿ ਉਹਨਾਂ ਲਈ ਮੈਂ ਕੁਛ ਬੋਲਾਂ।
कोशिश करूँगा। अक्सर तुम सुनया होना लोगों को कहते हैं कि असी पंजाबी मां बोली की सेवा करते हैं। राइटर सही मायने दे विच मां बोली की सेवा करते हैं। सिंगर अक्सर कह देंगे ने, लेकिन वो कमरशलाइज वे ना काम करते हैं। शायद कितने ना कितने वो ऐसे गीत भी गा लेंदे होंगे कि जिथे वो ये लफ्ज़ नहीं टुकता। मैनू लगता है कि तमी अर्गे भाई जी अर्गे राइटर जदों अपने आप नूं उन्हां चीज़ों तो दूर रख के काम करते हैं, इन्हां नूं सही मायने च कहा जा सकता है कि यह मां बोली की सही सेवा करते हैं। दोस्तों मान साहब दी सत्रां ने कहिंदे इश्क ना रहमत करदा कीने लिखणा गाउणा सी, इश्क ना रहमत करदा कीने लिखणा गाउणा सी, मान तेरा मर जाना किधरे मुंशी होना सी। सिर ते नदर सवली पैगी दातियां परबां दी, तू बोल पंजाबी लुट लै जान मेरी अरबां खरबां दी। कहिंदे पंजाबीयत दे सामने, पंजाबी दे सामने ये अरबां खरबां दी जान भी कोई मायने नहीं रखती। सो तम्मी हिरां वाले ने लगभग आपा समर्पित किया है पंजाबी जबान दे वास्ते। सो हुण मैं बेनती करांगा मैंबर पार्लीमेंट जसवीर संधू होरां नूं, ਉਹ ਦੋ ਸ਼ਬਦ ਆ ਕੇ ਜ਼ਰੂਰ ਕਹਿਣਗੇ। ਥੈਂਕ ਯੂ ਵੈਰੀ ਮੱਚ। ਮੈਂ ਸਮਝਦਾ ਬਈ ਧੰਮੀ ਸਾਹਿਬ ਨੂੰ ਮੈਂ ਕੋਈ ਪਿਛਲੇ 15-16 ਸਾਲਾਂ ਦਾ ਪਤਾ ਮੈਂ ਵੀ ਜਾਣਦਾ, ਅਤੇ ਮੈਂ ਪਹਿਲੀ ਗੱਲ ਤਾਂ ਤੁਹਾਨੂੰ ਵੈਲਕਮ ਕਹਿੰਦਾ ਇੱਥੇ। ਮੈਨੂੰ ਐਜ਼ ਅ ਨੋਟ ਐਜ਼ ਅ ਪਾਰਲੀਮੈਂਟੇਰੀਅਨ ਬਟ ਐਜ਼ ਅ ਫਰੈਂਡ, ਮੈਨੂੰ ਪਤਾ ਬਈ ਪਹਿਲੀ ਜਿੱਦਣ ਇਲੈਕਸ਼ਨ ਹੋਈ ਆ ਉਦਣ ਸ਼ਾਮ ਨੂੰ ਇੰਡੀਆ ਤੋਂ ਪਹਿਲੀ ਵਾਰੀ ਫੋਨ ਆਇਆ ਵਧਾਈਆਂ ਦਾ, ਅਤੇ ਧੰਮੀ ਸਾਹਿਬ ਦਾ ਪਹਿਲਾ ਫੋਨ ਸੀਗਾ। ਅਤੇ ਬੜੇ ਲੰਮੇ ਸਮੇਂ ਤੋਂ ਮੈਂ ਸਮਝਦਾ ਵੀ ਮੈਂ ਤੁਹਾਡਾ ਫੈਨ ਹਾਂ। ਤੁਸੀਂ ਪੰਜਾਬੀਅਤ ਨੂੰ, ਪੰਜਾਬੀ ਕਲਚਰ ਨੂੰ, ਪੰਜਾਬੀ ਭਾਸ਼ਾ ਨੂੰ ਬੜਾ ਹੀ ਤੁਹਾਡੀ ਦੇਣ ਵਾ। ਅਤੇ ਮੈਂ ਵੀ ਤੁਹਾਡੇ ਸਾਹਮਣੇ ਦੱਸਿਆ ਗਾਣੇ ਤੁਹਾਡੇ ਗੁਣਗੁਣਾਉਂਦੇ ਰਹਿੰਦੇ ਹਾਂ, ਕਿਸੇ ਨੇ ਗਾਇਆ ਹੋਵੇ ਲੇਕਿਨ ਜਿਹੜੇ ਪਰੋਇਆ ਆ ਜਿਹੜਾ ਉਹ ਬਹੁਤ ਵਧੀਆ ਲੱਗਦਾ, ਵਧੀਆ ਗਾਣੇ ਪਰੋਏ ਆ। ਅਤੇ ਬਹੁਤਾ ਨਹੀਂ ਕਹਿੰਦਾ ਵੈਲਕਮ ਕੈਨੇਡਾ ਨੂੰ, ਅਤੇ ਹਮੇਸ਼ਾ ਹੀ ਜਿੱਦਾਂ ਪਹਿਲਾਂ ਭਰਾ ਬਣ ਕੇ ਵਧੀਆ ਤੁਸੀਂ ਗਾਣੇ ਲਿਖੇ ਆ, ਮੈਂ ਸਮਝਦਾ ਵੀ ਸਾਨੂੰ ਗਾਂਹ ਵੀ ਇੱਦਾਂ ਦੇ ਵਧੀਆ ਗਾਣੇ ਦਿਉਂਗੇ। ਥੈਂਕ ਯੂ। ਕਈ ਵਾਰੀ ਗੱਲਾਂ ਆਪਣੇ ਆਪ ਹੀ ਕੋਈ ਸਬੱਬ ਬਣ ਜਾਂਦੀਆਂ ਨੇ। ਅੱਜ ਦੁਨੀਆ ਭਰ ਦੇ ਵਿੱਚ ਨਾਰੀ ਦਿਵਸ ਮਨਾਇਆ ਜਾ ਰਿਹਾ। ਸੋ ਜੇਕਰ ਅੱਜ ਦੇ ਇਸ ਖਾਸ ਦਿਨ ਦੇ ਉੱਤੇ ਧੰਮੀ ਹੇਰਾਂ ਵਾਲੇ ਦਾ ਲਿਖਿਆ ਅਤੇ ਕੰਠ ਕਲੇਰ ਦਾ ਗਾਇਆ ਗੀਤ ਮੈਂ ਉਸਦਾ ਜ਼ਿਕਰ ਨਾ ਕਰਾਂ, ਇਹ ਪ੍ਰੋਗਰਾਮ ਅਧੂਰਾ ਜਿਹਾ ਜਾਪੂਗਾ। ਜਿੱਥੇ ਇੱਕ ਪਾਸੇ ਕੁੜੀਆਂ ਦੇ ਲੱਕ ਮਿਣੇ ਜਾਂਦੇ ਨੇ, ਪੱਟ ਮਿਣੇ ਜਾਂਦੇ ਨੇ, ਉਹਨਾਂ ਦੇ ਕੱਪੜਿਆਂ ਦਾ ਸਾਈਜ਼ ਮਿਣਿਆ ਜਾ ਰਿਹਾ, ਅਤੇ ਮੈਨੂੰ ਹੈਰਾਨੀ ਹੁੰਦੀ ਹੈ ਜੇਕਰ ਅਸੀਂ ਕਦੇ ਰੇਡੀਓ ਜਾਂ ਟੀ ਵੀ 'ਤੇ ਉਹ ਗੀਤ ਲਾ ਦਈਏ, ਤੁਹਾਡੇ ਵਿੱਚ ਬਹੁਤ ਸਾਰੇ ਸੱਜਣ ਹੁੰਦੇ ਨੇ ਜਿਹੜੇ ਮਾਂ ਭੈਣ ਦੀ ਗਾਲ ਹੀ ਨਹੀਂ ਕੱਢਦੇ, ਬਾਕੀ ਸਭ ਕੁਛ ਇੱਕ ਕਰ ਦਿੰਦੇ ਆ, ਇਹ ਗੀਤ ਲਾ ਕਿਵੇਂ ਦਿੱਤਾ, ਕਿਉਂ ਲਾ ਦਿੱਤਾ। ਕਈ ਵਾਰੀ ਜਿਸ ਤਰ੍ਹਾਂ ਹੁਣ ਆਪਾਂ ਫੰਕਸ਼ਨ ਕਰ ਰਹੇ ਹਾਂ, ਉਹ ਪ੍ਰੋਗਰਾਮ ਕਰਨ ਤੋਂ ਬਾਅਦ ਪਾਰਟੀ 'ਚ ਜਾਣ ਦਾ ਮੌਕਾ ਮਿਲ ਜਾਂਦਾ, ਡੀਜੇ ਵਾਲੇ ਭਾਈ ਨੂੰ ਇਹ ਹੁੰਦਾ ਕਿ ਮੇਰਾ ਡੀਜੇ ਵਾਲਾ ਫਲੋਰ ਨਾ ਖਾਲੀ ਰਹੇ। ਉਹ ਇੱਕ ਦੋ ਗੀਤ ਲਾਉਂਦਾ, ਵੇਖਦਾ ਉੱਠ ਕੇ ਲੋਕ ਆਉਂਦੇ ਨਹੀਂ, ਉਹੀ ਜਦੋਂ ਲੱਕ 'ਤੇ ਪੱਟ ਜਾਂ ਅੱਖ ਮਿਣਨ ਵਾਲਾ ਗੀਤ ਲਾ ਦਿੰਦਾ, ਫਿਰ ਉਹ ਨੱਚਦੇ ਆ ਕੁਛ, ਧੂੜਾਂ ਹੀ ਪੜ ਦਿੰਦੇ ਆ। ਫਿਰ ਸੋਚੀਦਾ ਯਾਰ ਵੀ ਮੈਂ ਗੀਤ ਲਾਤਾ ਸੀ, ਕੀ ਗੁਨਾਹ ਕਰਤਾ ਸੀ? ਹੁਣ ਡੀਜੇ ਵਾਲੇ ਨੇ ਲਾਤਾ, ਇਹਨਾਂ ਨੇ ਇੱਦਾਂ ਇਹ ਛਾਲਾਂ ਮਾਰ ਰਿਹਾ ਜਿਵੇਂ ਇਹਨਾਂ ਦੇ ਵਿੱਚ ਬੈਟਰੀ ਪਾਈ ਹੋਵੇ। ਉਹ ਲਗਭਗ ਉਹੀ ਗੀਤ ਇੱਕ ਪਾਰਟੀ ਦਾ 5-5, 7-7 ਵਾਰੀ ਸ਼ਿੰਗਾਰ ਬਣਦਾ। ਸੋ ਫਿਰ ਸੋਚਣ ਵਾਸਤੇ ਮਜਬੂਰ ਹੋਈਦਾ ਕਿ ਕੌਣ ਕਿਸ ਤਰ੍ਹਾਂ ਅਤੇ ਕਿੱਥੇ ਗਲਤ ਹੈ। ਇਹ ਸਵਾਲ ਤੁਹਾਡੇ ਸਾਰਿਆਂ ਲਈ ਹੈ। ਸੋ ਧੰਮੀ ਹੀਰਾਂ ਵਾਲੇ ਦਾ ਗੀਤ ਹੈ, ਰਹਿਣ ਵਸਦੀਆਂ ਰੱਬਾ ਇਹ ਮੇਰੇ ਪਿੰਡ ਦੀਆਂ ਕੁੜੀਆਂ ਨੇ। ਆਪਣੇ ਵਾਸਤੇ ਕਹਿੰਦੇ ਭਲਾ ਅਸੀਂ ਮੰਗਦੇ ਸਾਰੇ ਹੀ ਹਾਂ, ਕਹਿੰਦੇ ਭਲਾ ਸਭ ਦਾ ਕਰੀਂ ਪਰ ਸ਼ੁਰੂ ਸਾਡੇ ਤੋਂ ਕਰੀਂ, ਸਾਡਾ ਜਣੀ ਇੱਥੇ ਤੱਕ ਹੀ ਕੰਮ ਹੈ, ਅਸੀਂ ਚਾਹੁੰਦੇ ਹਾਂ ਕਿ ਬਾਕੀਆਂ ਦੀ ਜੇਕਰ ਭਲਾਈ ਦੀ ਗੱਲ ਹੋਵੇ ਬਾਅਦ ਦੀ ਗੱਲ ਹੈ, ਪਹਿਲਾਂ ਸਾਡੀ ਹੋਵੇ। ਪਰ ਧੰਮੀ ਹੀਰਾਂ ਵਾਲੇ ਨੂੰ ਸਲਾਮ ਕਰਨੀ ਬਣਦੀ ਹੈ। ਇਸ ਤਰ੍ਹਾਂ ਦੇ ਅਨੇਕਾਂ ਗੀਤ, ਸੁਪਰ ਡੁਪਰ ਹਿੱਟ ਗੀਤ ਦੇਣ ਵਾਲੇ ਧੰਮੀ ਹੀਰਾਂ ਵਾਲੇ ਅੱਜ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਵਿੱਚ ਮੌਜੂਦ ਨੇ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਬਹੁਤ ਸਾਰੇ ਸਨਮਾਨ ਹੁੰਦੇ ਨੇ ਕਿੰਤੂ ਪਰੰਤੂ ਲੋਕ ਕਰਦੇ ਨੇ, ਪਰ ਅੱਜ ਮੈਂ ਅਸਲੋਂ ਮਹਿਸੂਸ ਕਰ ਰਿਹਾ ਕਿ ਇੱਕ ਸਨਮਾਨ ਦਾ ਸਨਮਾਨ ਹੋਣ ਜਾ ਰਿਹਾ ਧੰਮੀ ਹੀਰਾਂ ਵਾਲੇ ਨੂੰ ਸਨਮਾਨਿਤ ਕਰਕੇ। ਉਸ ਤੋਂ ਪਹਿਲਾਂ ਕਿ ਅਸੀਂ ਉਹਨਾਂ ਨੂੰ ਸਨਮਾਨਿਤ ਕਰੀਏ, ਉਹਨਾਂ ਨੂੰ ਇੱਕ ਗੋਲਡ ਮੈਡਲ ਦਿੱਤਾ ਜਾਣਾ ਅਤੇ ਇੱਕ ਪਲੈਕ ਦੇ ਨਾਲ ਸਨਮਾਨਿਆ ਜਾਣਾ। ਪਰ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਉਹ ਆਪਣੇ ਦਿਲ ਦੀਆਂ ਭਾਵਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ, ਕਿਉਂਕਿ ਉਹ ਪੰਜਾਬੀਆਂ ਦੇ ਨਾਲ, ਖਾਸ ਕਰਕੇ ਤੁਹਾਡੇ ਨਾਲ ਬਹੁਤ ਲੰਬੇ ਅਰਸੇ ਤੋਂ ਜੁੜੇ ਹੋਏ ਨੇ, ਕਈ ਦਹਾਕੇ ਹੋ ਗਏ ਆ ਉਹਨਾਂ ਨੂੰ ਪੰਜਾਬੀ ਗੀਤ ਲਿਖਦਿਆਂ। ਮੈਂ ਤਾਂ ਮੀਹਰਾਂ ਨਾਲ ਇੱਕ ਦਿਨ ਗੱਲ ਕਰ ਰਿਹਾ ਸੀ, ਮੈਂ ਕਿਹਾ ਤੁਹਾਡੇ ਸਮਕਾਲੀ, ਤੁਹਾਡੇ ਵੇਲੇ ਜਿਹੜੇ ਹਿੱਟ ਗੀਤਕਾਰ ਸੀ ਬਹੁਤ ਸਾਰੇ ਸੀ,
ਉਹ ਪਾਣੀ ਦੇ ਬੁਲਬਲੇ ਵਾਂਗ ਆਏ ਅਤੇ ਪਤਾ ਨਹੀਂ ਕਿੱਥੇ ਚਲੇ ਗਏ। ਸਾਲ ਦੋ ਸਾਲ ਉਹਨਾਂ ਦੇ ਗੀਤ ਬੜੇ ਵੱਜੇ ਹੈ, ਪਰ ਧੰਮੀ ਹੀਰਾਂ ਵਾਲੇ ਦੀ ਜਾਂ ਇਹਨਾਂ ਦੀ ਕਲਮ ਦੀ ਇਹ ਸਿਫਤ ਕਰਨੀ ਬਣਦੀ ਹੈ। ਜੱਗ ਜਿਉਂਦਿਆਂ ਦੇ ਮੇਲੇ ਇਹਨਾਂ ਦਾ ਪਹਿਲਾ ਰਿਕਾਰਡਡ ਗੀਤ ਹੈ। ਉਦੋਂ ਤੋਂ ਲੈ ਕੇ ਲੇਟੈਸਟ ਭਾਵੇਂ ਨਛੱਤਰ ਗਿੱਲ ਦੀ ਐਲਬਮ ਦੇਖ ਲਓ, ਕਹਿੰਦਾ ਤਾਰਿਆਂ ਦੀ ਲੋਏ ਚੰਨਾ ਆਪਾਂ ਦੋਏ ਕਦੇ ਇਕੱਠੇ ਨਹੀਂ ਹੋਏ। ਅੱਜ ਤੱਕ ਸੁਪਰ ਹਿੱਟ ਕਲਾਕਾਰ ਇਹਨਾਂ ਨੂੰ ਗਾ ਰਹੇ ਹੈ ਅਤੇ ਸੁਪਰ ਡੁਪਰ ਹਿੱਟ ਇਹਨਾਂ ਦੇ ਗੀਤ ਹੋ ਰਹੇ ਹੈ। ਸੋ ਇੱਕ ਆਮ ਤੌਰ 'ਤੇ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਤਾਂ ਟੇਕਦੇ ਹਾਂ ਪਰ ਮੰਨਦੇ ਨਹੀਂ। ਉਹ ਗੀਤ ਇਹਨਾਂ ਦਾ ਇੱਕ ਆਇਆ, ਬਹੁਤ ਕਾਬਲੇ ਤਾਰੀਫ ਗੀਤ ਹੈ, ਮਲਕੀਤ ਸਿੰਘ ਹੋਰਾਂ ਨੇ ਗੀਤ ਗਾਇਆ, ਕਹਿੰਦਾ ਗੁਰੂ ਨੂੰ ਤਾਂ ਮੰਨਦੇ ਆ ਪਰ ਗੁਰੂ ਦੀ ਨਹੀਂ ਮੰਨਦੇ। ਉਹਦੇ ਮੈਂ ਚਾਹੂੰਗਾ ਕਿ ਉਹਦੇ ਦੋ ਚਾਰ ਜਿਹੜੇ ਸ਼ਬਦ ਹੋਣਗੇ ਉਹ ਵੀ ਤੁਹਾਡੇ ਨਾਲ ਉਹ ਖੁਦ ਸਾਂਝੇ ਕਰਨਗੇ, ਕਿਉਂਕਿ ਨਜ਼ਾਰਾ ਹੀ ਆ ਜਾਣਾ ਜਦੋਂ ਉਹਨਾਂ ਦਾ ਲਿਖਿਆ ਉਹਨਾਂ ਦੀ ਜ਼ੁਬਾਨੀ ਅਸੀਂ ਗੀਤ ਸੁਣਨਾ। ਸੋ ਧੰਮੀ ਹੀਰਾਂ ਵਾਲੇ ਨੂੰ ਮੈਂ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਸੱਦਾ ਦੇਣਾ ਚਾਹੁੰਦਾ, ਉਹ ਤੁਹਾਡੇ ਨਾਲ ਦਿਲ ਦੇ ਵਲਵਲੇ ਸਾਂਝੇ ਕਰਨਗੇ। ਸਭ ਤੋਂ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਜੀ ਯੰਗ ਸਪੋਰਟਸ ਕਬੱਡੀ ਕਲੱਬ, ਉਹਨਾਂ ਦੇ ਪ੍ਰਧਾਨ ਨੀਟੂ ਕੰਗ ਸਾਹਿਬ ਔਰ ਸੰਧੂ ਸਾਹਿਬ, ਕੇਵਲ ਸਿੰਘ ਤੱਖਰ ਸਾਹਿਬ ਬੈਠੇ ਨੇ ਔਰ ਬੈਨੀਪਾਲ ਸਾਹਿਬ, ਮੈਂ ਸਾਰਿਆਂ ਦਾ ਨਾਂ ਲੈਣ ਲੱਗਾ ਅਤੇ ਨਾਂ ਕਈ ਵਾਰੀ ਜਿਹਦਾ ਰਹਿ ਜਾਂਦਾ ਫਿਰ ਥੋੜ੍ਹਾ ਜਿਹਾ ਮਾਇੰਡ ਵੀ ਕਰ ਦਿੰਦੇ ਕਿਉਂਕਿ ਅਸੀਂ ਪੰਜਾਬੀ ਹਾਂ। ਸੋ ਸਾਰੇ ਹੀ ਮੇਰੇ ਸਤਿਕਾਰਯੋਗ ਵੀਰ ਨੇ, ਸਾਰਿਆਂ ਨੇ ਇਹ ਪ੍ਰੋਗਰਾਮ ਉਲੀਕਿਆ ਔਰ ਮੈਨੂੰ ਇੱਥੇ ਬੁਲਾਇਆ, ਮੈਂ ਸਭ ਦਾ ਸ਼ੁਕਰੀਆ ਅਦਾ ਕਰਦਾ ਕਿ ਸ਼ਾਇਦ ਤੁਸੀਂ ਮੈਨੂੰ ਅੱਜ ਸੱਚਮੁੱਚ ਇੱਕ ਵਧੀਆ ਗੀਤਕਾਰ ਬਣਾ ਦਿੱਤਾ ਇੱਥੇ ਸਨਮਾਨਿਤ ਕਰਕੇ। ਐਕਚੁਅਲੀ ਹਰ ਬੰਦਾ ਆਪਣਾ ਆਪਣਾ ਫਰਜ਼ ਨਿਭਾਉਂਦਾ, ਕੁਦਰਤ ਨੇ ਉਹਦੀ ਕੋਈ ਡਿਊਟੀ ਲਾ ਕੇ ਉਹਨੂੰ ਭੇਜਿਆ ਹੁੰਦਾ ਇਸ ਦੁਨੀਆ 'ਤੇ ਕਿ ਤੂੰ ਜਾ ਕੇ ਇਹ ਕੰਮ ਕਰਨਾ। ਉਸ ਤੋਂ ਅੱਗੇ ਕੀ ਹੁੰਦਾ ਕਿ ਸਾਰਾ ਜ਼ਿੰਦਗੀ ਦਾ ਦਾਰੋ ਮਦਾਰ, ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਸਾਰਾ ਜ਼ਿੰਦਗੀ ਦੀ ਕਾਮਯਾਬੀ ਨਾਕਾਮਯਾਬੀ, ਤੁਹਾਡਾ ਸੁਭਾਅ, ਤੁਹਾਡੀਆਂ ਆਦਤਾਂ, ਉਹ ਤੁਹਾਡੀ ਸੁਸਾਇਟੀ 'ਤੇ ਡਿਪੈਂਡ ਕਰਦਾ ਹੁੰਦਾ। ਤੁਸੀਂ ਕਿੱਥੇ ਬਹਿੰਦੇ ਉੱਠਦੇ ਹੋ, ਕਿਹਨਾਂ ਲੋਕਾਂ 'ਚ ਰਹਿੰਦੇ ਹੋ, ਉਹ ਸਾਰਾ ਕੁਝ ਤੁਸੀਂ ਉੱਥੋਂ ਗੇਨ ਕੀਤਾ ਹੁੰਦਾ। ਸੋ ਮੈਨੂੰ ਇਹ ਮਾਣ ਹੈ ਮੈਂ ਤੁਹਾਡੇ ਵਰਗੇ ਸਾਰੇ ਦੋਸਤਾਂ 'ਚ ਹੁਣ ਤੱਕ ਬੈਠਾ ਰਿਹਾ, ਬੈਠਦਾ ਉੱਠਦਾ ਰਿਹਾ, ਔਰ ਇਹਨਾਂ ਸਦਕਾ ਤੁਹਾਡਾ ਸਦਕਾ ਹੀ ਕੁਝ ਐਸਾ ਅਕਲ 'ਚ ਪੈ ਗਿਆ ਕਿ ਹਲਕਾ ਨਹੀਂ ਲਿਖਣਾ, ਗਲਤ ਨਹੀਂ ਲਿਖਣਾ। ਸੋ ਉਸ ਗੱਲ 'ਤੇ ਪਹਿਰਾ ਦਿੰਦਾ ਦਿੰਦਾ ਮੈਂ ਅੱਜ ਤੁਹਾਡਾ ਵਿਜੇ ਧੰਮੀ ਧੰਮੀ ਹੀਰਾਂ ਵਾਲੇ ਬਣਿਆ। ਤੁਸੀਂ ਸਾਰਿਆਂ ਨੇ ਪਿਆਰ ਦਿੱਤਾ, ਉਹ ਸਿਦਕ ਨਿਭਾਉਂਦਿਆਂ ਇੰਨੀ ਜ਼ਿੰਦਗੀ ਲੰਘ ਗਈ ਔਰ ਅੱਗੇ ਨਿਭਾਉਂਦੇ ਰਹਿਣਾ, ਪਰਮਾਤਮਾ ਕਰੇ। ਜੇ ਪਰਮਾਤਮਾ ਨੇ ਮੈਨੂੰ ਇੰਨੀ ਸਮਝ ਦਿੱਤੀ ਹੈ ਕਿ ਮੈਂ ਅੱਛੇ ਗੀਤ ਰਚ ਸਕਦਾ ਅਤੇ ਸਿੰਗਰ ਜਿਹੜੇ ਦੋਸਤ ਨੇ ਜਿਹੜੇ ਹਿੱਟ ਸਿੰਗਰ ਜਿਹਨਾਂ ਨੂੰ ਲੋਕ ਚਾਹ ਕੇ ਸੁਣਦੇ ਆ, ਉਹ ਮੇਰੇ ਗੀਤ ਚਾਹ ਕੇ ਲੈਂਦੇ ਆ ਵੀ ਅਸੀਂ ਇਹ ਗੀਤ ਤੁਹਾਡਾ ਗਾਉਣਾ। ਸੋ ਸਭ ਤੋਂ ਪਹਿਲਾ ਫਰਜ਼ ਤਾਂ ਮੇਰਾ ਉੱਥੇ ਬਣਦਾ ਕਿ ਮੈਂ ਆਮ ਲੋਕਾਂ ਦੀ ਸੋਚ ਦੇ ਮੁਤਾਬਕ ਲਿਖਦਾ ਲਿਖਦਾ ਆਮ ਲੋਕਾਂ ਦੇ ਸੋਚ ਦੀ ਗੱਲ ਕਰਦਾ ਕਰਦਾ ਕੁਝ ਐਸੀ ਗੱਲ ਕਰ ਜਾਵਾਂ ਜਿਹੜਾ ਇੱਕ ਤਾਂ ਉਹ ਕਹਿਣ ਵੀ ਇਹ ਵਿਜੇ ਧੰਮੀ ਦਾ ਲਿਖਿਆ ਕੀ ਲਿਖਿਆ ਕਿ ਇਹ ਸੂਝਵਾਨ ਔਰ ਸਾਹਿਤਕ ਔਰ ਮਿਆਰੀ ਗੱਲਾਂ ਨੇ, ਇਹਦੇ ਵਿੱਚ ਮਿਆਰੀ ਲੋਕਾਂ ਦੀ ਗੱਲ ਹੈ। ਸੋ ਮੈਂ ਉਹ ਕੋਸ਼ਿਸ਼ ਕਰਦਾ ਰਿਹਾ ਔਰ ਕੋਸ਼ਿਸ਼ ਕਰਦਾ। ਮੈਂ ਇੱਕ ਗੱਲ ਬੜੀ ਦਾਅਵੇ ਨਾਲ ਕਹਿੰਦਾ ਹੁੰਦਾ ਕਿ ਮੈਂ ਹਮੇਸ਼ਾ ਪ੍ਰੈਕਟੀਕਲ ਹੋਣ ਦੀ ਵੀ ਗੱਲ ਕੀਤੀ ਆ। ਅੱਜ ਪੰਜਾਬ ਦੇ ਵਿੱਚ ਜਿਹੜਾ ਪੱਖ ਤੁਸੀਂ ਮਰਜ਼ੀ ਦੇਖ ਲਓ, ਬੜੇ ਹਾਲਾਤ ਮਾੜੇ ਨੇ। ਬਾਕੀ ਗੱਲਾਂ ਸ਼ੇਅਰ ਕਰਨ ਤੋਂ ਪਹਿਲਾਂ ਕਿ ਅਸੀਂ ਮੈਂ ਕੁਝ ਸੁਣਾਵਾਂ, ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਹੈ ਕਿਉਂਕਿ ਮੀਡੀਆ ਵੀ ਇੱਥੇ ਹੈਗਾ। ਪੰਜਾਬ ਦੇ ਵਿੱਚ ਜਦੋਂ ਤੁਸੀਂ ਕੋਈ ਗੱਲ ਜਾ ਕੇ ਕਰਦੇ ਹੋ, NRA ਭਰਾਏ ਜਾ ਕੇ ਗੱਲ ਕਰਦੇ ਹੋ ਕੋਈ ਵੀ, ਤੁਹਾਡੀ ਗੱਲ 'ਤੇ ਜ਼ਿਆਦਾ ਗੌਰ ਕੀਤਾ ਜਾਂਦਾ, ਤੁਹਾਡੀ ਗੱਲ ਵੱਧ ਤੋਂ ਵੱਧ ਸੁਣੀ ਜਾਂਦੀ ਹੈ। ਸੋ ਤੁਹਾਡਾ ਇਹ ਫਰਜ਼ ਬਣਦਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਕਰਨਾ ਕਿ ਜੀ ਸਦਕੇ ਤੁਸੀਂ ਬਹੁਤ ਵੱਡੀਆਂ ਕੋਠੀਆਂ ਬਣਾਓ, ਕਿਉਂਕਿ NRI ਭਰਾਵਾਂ ਨੇ ਜਿੰਨਾ ਸਹਿਯੋਗ ਦਿੱਤਾ ਪੰਜਾਬ ਨੂੰ, ਪੰਜਾਬ ਨੇ ਕਦੀ ਇੰਨੀ ਤਰੱਕੀ ਕਰਨੀ ਨਹੀਂ ਸੀ, ਨਾ ਗਾਂ ਕਰਨੀ ਆ। ਜੀ ਸਦਕੇ ਆਪਣੀਆਂ ਬਹੁਤ ਵੱਡੀਆਂ ਕੋਠੀਆਂ ਬਣਾਓ, ਧਾਰਮਿਕ ਬਿਲਡਿੰਗਾਂ ਬਹੁਤ ਖੂਬਸੂਰਤ ਬਣਾਓ, ਵੱਡੀਆਂ ਬਣਾਓ, ਪਰ ਇੱਕ ਗੱਲ ਜ਼ਰੂਰ ਕਰਿਆ ਕਰੋ, ਜਦੋਂ ਵੀ ਆਪਣੇ ਪਿੰਡ ਜਾਂ ਸ਼ਹਿਰ ਜਾਂਦੇ ਹਾਂ ਆਪਣੇ ਪਿੰਡ ਦੇ ਸਕੂਲੇ ਜ਼ਰੂਰ ਚੱਕਰ ਮਾਰਿਆ ਕਰੋ। ਜਿਹੜਾ ਪੰਜਾਬ ਵਿੱਚ ਸਕੂਲਾਂ ਦਾ ਮਿਆਰ ਆ, ਐਜੂਕੇਸ਼ਨ ਦਾ ਮਿਆਰ ਆ, ਦਿਨੋ ਦਿਨ ਬਹੁਤ ਗਿਰਦਾ ਜਾ ਰਿਹਾ। ਪਿੰਡ ਦੀ ਪੰਚਾਇਤ ਨੂੰ ਇਕੱਠਿਆਂ ਕਰਕੇ ਔਰ ਸੂਝਵਾਨ ਵਿਅਕਤੀ ਜਿਹੜੇ ਅਗਾਂਹ ਵਧੂ ਹੁੰਦੇ ਪਿੰਡ ਦੇ ਉਹਨਾਂ ਨੂੰ ਇਕੱਠਿਆਂ ਕਰਕੇ ਇਹ ਪੁੱਛੋ ਕਿ ਆਪਣੇ ਪਿੰਡ ਦੇ ਕਿੰਨੇ ਬੱਚੇ ਐਸੇ ਨੇ ਜਿਹੜੇ +2 ਜਾਂ 10ਵੀਂ ਤੋਂ ਬਾਅਦ ਹਾਇਰ ਐਜੂਕੇਸ਼ਨ ਲੈ ਰਹੇ ਨੇ। ਅੱਜ ਤੁਸੀਂ ਆਪਣੇ ਪਿੰਡ ਜਾ ਕੇ ਦੇਖੋਗੇ, ਮੈਂ ਆਪਣੇ ਪਿੰਡ ਦੀ ਇਗਜ਼ੈਂਪਲ ਦੇ ਸਕਦਾ, ਕੋਈ ਵੀ ਬੰਦਾ ਆਪਣੇ ਪਿੰਡ ਬਾਰੇ ਸੋਚ ਸਕਦਾ, ਮੇਰੇ ਖਿਆਲ 2% ਬੱਚੇ ਵੀ ਉੱਥੋਂ ਨਹੀਂ ਨਿਕਲਣੇ ਜਿਹੜੇ +2 ਤੋਂ ਅੱਗੇ ਹਰ ਐਜੂਕੇਸ਼ਨ ਲੈ ਰਹੇ ਆ।
ਫਿਰ ਹੋ ਕੀ ਰਿਹਾ, ਉਹ ਬੱਚੇ ਜਿਹੜੇ ਸਾਰੇ ਦੂਜੇ ਪਾਸੇ ਡਰੱਗ ਵਾਲੇ ਪਾਸੇ ਨਸ਼ਿਆਂ ਵਾਲੇ ਪਾਸੇ ਵਿਹਲੇ ਫਿਰਦੇ ਨੇ, ਇਸ ਪਾਸੇ ਤੁਰ ਰਹੇ ਨੇ। ਸੋ ਤੁਸੀਂ ਇਸ ਪਾਸੇ ਜ਼ਰੂਰ ਧਿਆਨ ਦੇਣਾ ਕਿ ਪਿੰਡ ਦੇ ਸਕੂਲ ਵਾਸਤੇ ਕੁਛ ਹੋ ਸਕਦਾ, ਪੈਸੇ ਦੇਣ ਦੀ ਲੋੜ ਨਹੀਂ, ਉੱਥੇ ਜਿਹੜੀ ਚੀਜ਼ ਦੀ ਲੋੜ ਹੈ ਉਹ ਲੈ ਕੇ ਦੇਣੀ ਬੱਚਿਆਂ ਦੀ ਸਹੂਲਤ ਲਈ। ਪਲੱਸ ਜਿਹੜਾ ਬੱਚਾ ਇੰਟੈਲੀਜੈਂਟ ਹੈ, ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਪਰ ਉਹਦੇ ਮਾਂ ਬਾਪ ਅਫੋਰਡ ਨਹੀਂ ਕਰਦੇ, ਉਹਦੀ ਹੈਲਪ ਜ਼ਰੂਰ ਕਰਨੀ ਹੈ। ਹੈਲਪ ਇਸ ਤਰ੍ਹਾਂ ਕਿ ਤੇਰੀ ਅਸੀਂ ਕਾਲਜ ਦੀ ਫੀਸ ਦੇਵਾਂਗੇ। ਸਰਦਾਰ ਕੇਵਲ ਸਿੰਘ ਤੱਖਰ ਬੈਠੇ ਆ ਇੱਥੇ, ਅਸੀਂ ਇੱਕ ਸੰਸਥਾ ਵੀ ਬਣਾਈ ਆ ਰੀਸੈਂਟਲੀ, ਫਰੈਂਡਸ ਵੈਲਫੇਅਰ ਐਸੋਸੀਏਸ਼ਨ, ਮੈਂ ਉਹਦਾ ਜਨਰਲ ਸੈਕਟਰੀ ਹਾਂ ਔਰ ਕੇਵਲ ਭਾਅ ਜੀ ਉਹਦੇ ਪ੍ਰਧਾਨ ਨੇ। ਅਸੀਂ ਇਹ ਸੋਚਿਆ ਵੀ ਨਕੋਦਰ ਤਹਿਸੀਲ ਦੇ ਵਿੱਚੋਂ ਜਿਹੜੀਆਂ ਲੜਕੀਆਂ, ਕਿਉਂਕਿ ਪਲੱਸ ਟੂ ਤੱਕ ਸਰਕਾਰ ਨੇ ਵਧੀਆ ਗੱਲ ਕੀਤੀ ਹੈ ਕਿ ਪਲੱਸ ਟੂ ਤੱਕ ਤਕਰੀਬਨ ਪੜ੍ਹਾਈ ਫਰੀ ਆ ਉੱਥੇ, ਪਲੱਸ ਟੂ ਤੋਂ ਅੱਗੇ ਜਿਹੜੀ ਆ ਪੜ੍ਹਾਈ, ਜਿਹੜੀ ਬੱਚੀ 70% ਨੰਬਰ ਲੈ ਜਾਵੇ ਜਿਹੜੀ ਪੜ੍ਹਨਾ ਚਾਹੁੰਦੀ ਹੈ, ਉਹਨੂੰ ਅਸੀਂ ਅਡੋਪਟ ਕਰਿਆ ਕਰਾਂਗੇ ਨਕੋਦਰ ਤਹਿਸੀਲ 'ਚ। ਉਹਦਾ ਕਾਲਜ ਦਾ ਜਿਹੜਾ ਖਰਚਾ ਸਾਰਾ ਅਸੀਂ ਦਿਆ ਕਰਾਂਗੇ। ਸੋ ਅਸੀਂ ਉਹਦੇ ਲਈ ਤੁਹਾਨੂੰ NRIs ਵੀਰ ਜਿੰਨੇ ਹੈਗੇ ਆ ਉਹ ਕੁਛ ਵੀ ਨਹੀਂ, 20-25 ਹਜ਼ਾਰ ਮੇਰਾ ਖਿਆਲ ਇੱਕ ਕਲਾਸ ਦਾ, ਇੱਕ ਸਾਲ ਦਾ ਖਰਚ ਹੋਇਆ ਕਰਨਾ। ਇਸ ਤਰ੍ਹਾਂ ਦੀ ਕੋਸ਼ਿਸ਼ ਤੁਹਾਡੇ ਵੱਲੋਂ ਜ਼ਰੂਰ ਹੋਣੀ ਚਾਹੀਦੀ ਆ। ਸੋ ਮਲਕੀਤ ਦੀ ਇਹ ਕੈਸਟਾਈ ਜਿਹੜਾ ਬੈਨੀਪਾਲ ਸਾਹਿਬ ਨੇ ਜ਼ਿਕਰ ਕੀਤਾ, ਸਿੱਖ ਹੋਣ ਦਾ ਮਾਣ, ਅਤੇ ਮਲਕੀਤ ਦਾ ਮੈਨੂੰ ਫੋਨ ਆਇਆ ਕਿ ਧਾਰਮਿਕ ਗਾਣਾ ਚਾਹੀਦਾ ਇੱਕ, ਅਤੇ ਮੈਂ ਫਿਰ ਮਲਕੀਤ ਨੂੰ ਕਿਹਾ ਵੀ ਮੈਂ ਜੋ ਹੋ ਰਿਹਾ ਜੋ ਸਾਨੂੰ ਚਾਹੀਦਾ ਮੈਂ ਤਾਂ ਫਿਰ ਧਾਰਮਿਕ ਉੱਦਾਂ ਦਾ ਲਿਖੂੰਗਾ। ਉਹਨੇ ਕਿਹਾ ਉਹਨੂੰ ਉਹਦੀ ਆਪਣੀ ਸਮਝ, ਉਹਨੂੰ ਪਤਾ ਵੀ ਜੇ ਵਿਜੇ ਧੰਮੀ ਕੁਛ ਕਹਿ ਰਿਹਾ ਤਾਂ ਸ਼ਾਇਦ ਚੰਗਾ ਹੀ ਸੋਚਦਾ, ਚੰਗਾ ਹੀ ਕਹਿ ਰਿਹਾ, ਅਤੇ ਉਹ ਕਹਿੰਦਾ ਲਿਖੋ। ਮੈਂ ਲਿਖਿਆ, ਉਹਨੂੰ ਗਾਣਾ ਰਿਕਾਰਡ ਕਰਾਇਆ, ਉਹਦੀ ਐਲਬਮ ਜੇ ਕਿਸੇ ਨੇ ਸੁਣੀ ਹੋਵੇ ਤਾਂ ਸਭ ਤੋਂ ਵੱਧ ਪਿਆਰ ਉਹਨੂੰ ਮਿਲ ਰਿਹਾ। ਮੈਂ ਤੁਹਾਡੀ ਨਜ਼ਰ ਕਰਦਾ, ਬੈਨੀਪਾਲ ਸਾਹਿਬ ਦਾ ਵੀ ਹੁਕਮ ਸੀ ਕਿ ਪੜ੍ਹਦੇ ਸੁਣਦੇ ਹੋ ਪਰ ਇੱਕ ਵੀ ਪੱਲੇ ਬੰਨ੍ਹਦੇ ਨਹੀਂ, ਗੁਰੂ ਨੂੰ ਮੰਨਦੇ ਹੋ ਪਰ ਗੁਰੂ ਦੀ ਇੱਕ ਵੀ ਮੰਨਦੇ ਨਹੀਂ, ਰੱਖਿਓ ਜ਼ਰਾ ਖਿਆਲ ਨਾ ਤੁਰਦੀ ਗੱਲ ਖਲੋ ਜਾਵੇ, ਧਰਮ 'ਚੋਂ ਇਨਸਾਨੀਅਤ ਨਾ ਮਨਫੀ ਹੋ ਜਾਵੇ, ਇੱਕ ਦੇ ਹੋਵੋ ਇੱਕ ਦੇ ਹੋਣੋ ਕੌਣ ਹਟਾਉਂਦਾ ਹੈ, ਇੱਕ ਦੇ ਹੋਵੋ ਇੱਕ ਦੇ ਹੋਣੋ ਕੌਣ ਹਟਾਉਂਦਾ ਹੈ, ਦੂਜੇ ਨੂੰ ਪਰ ਨਫ਼ਰਤ ਕਰਨੀ ਕੌਣ ਸਿਖਾਉਂਦਾ ਹੈ, ਸਾਂਝ ਚਿਰਾਂ ਦੀ ਅੱਖੀਓਂ ਅੱਥਰੂ ਬਣਨਾ ਚੋ ਜਾਵੇ, ਧਰਮ 'ਚੋਂ ਇਨਸਾਨੀਅਤ ਨਾ ਮਨਫੀ ਹੋ ਜਾਵੇ। ਉਹਦੇ 'ਚ ਇੱਕ ਅੰਤਰਾ, ਜਿਵੇਂ ਆਪਾਂ ਸਾਰੇ ਦੁਖੀ ਹਾਂ ਅੱਜ ਕੱਲ੍ਹ, ਡੇਰਾਬਾਦ ਕਹਿ ਲਓ ਜਾਂ ਕੁਛ ਕਹਿ ਲਓ, ਉਹਦੇ 'ਤੇ ਆ ਕਿ ਰੱਬ ਦੀਆਂ ਗੱਲਾਂ ਕਰਦਾ ਰੱਬ ਹੀ ਬਣ ਕੇ ਬਹਿ ਗਿਆ ਏ, ਰੱਬ ਦੀਆਂ ਗੱਲਾਂ ਕਰਦਾ ਰੱਬ ਹੀ ਬਣ ਕੇ ਬਹਿ ਗਿਆ ਏ, ਕਿਉਂ ਬੰਦੇ ਲਈ ਰੱਬ ਇੱਕ ਧੰਦਾ ਬਣ ਕੇ ਰਹਿ ਗਿਆ ਏ, ਹੋਵੇ ਦੂਰ ਹਨੇਰ ਅਤੇ ਕਿੰਜ ਅੰਦਰ ਲੋ ਜਾਵੇ, ਧਰਮ 'ਚੋਂ ਇਨਸਾਨੀਅਤ ਨਾ ਮਨਫੀ ਹੋ ਜਾਵੇ। ਉਹਦਾ ਲਾਸਟ ਅੰਤਰਾ ਕਿ ਧਰਮੀ ਬੰਦਾ ਉਹ ਹੁੰਦਾ ਜੋ ਚੰਗੇ ਕਰਮ ਕਰੇ, ਧਰਮੀ ਬੰਦਾ ਉਹ ਹੁੰਦਾ ਜੋ ਚੰਗੇ ਕਰਮ ਕਰੇ, ਹੇਰਾਂ ਵਾਲੇ ਧੰਮੀ ਜੋ ਨਾ ਸਿਦਕੋ ਮੂਲ ਹਰੇ, ਸਭ ਦਾ ਜੋ ਸਤਿਕਾਰ ਕਰੇ ਉਹ ਸਭ ਨੂੰ ਮੋਹ ਜਾਵੇ, ਧਰਮ 'ਚੋਂ ਇਨਸਾਨੀਅਤ ਨਾ ਮਨਫੀ ਹੋ ਜਾਵੇ, ਧਰਮ 'ਚੋਂ ਇਨਸਾਨੀਅਤ ਨਾ ਮਨਫੀ ਹੋ ਜਾਵੇ। ਸੋ ਇੱਦਾਂ ਦਾ ਫਰਜ਼ ਮੈਂ ਆਪਣਾ ਸਮਝਦਾ ਹੋਇਆ ਮੈਂ ਨਿਭਾਉਂਦਾ ਹਾਂ, ਔਰ ਲੋਕ ਗਾਉਂਦੇ ਨੇ, ਆਰਟਿਸਟ ਗਾਉਂਦੇ ਨੇ, ਤੁਸੀਂ ਸਾਰੇ ਪਸੰਦ ਕਰਦੇ ਹੋ। ਜੋਤੀ ਨੂਰਾ ਸੁਲਤਾਨਾ ਨੂਰਾਂ ਦਾ ਇੱਕ ਗੀਤ, ਹਾਲਾਂਕਿ ਉਹ ਰਿਕਾਰਡ ਨਹੀਂ ਹੋਇਆ ਕਿਸੇ ਸਟੇਜ ਦੀ ਰਿਕਾਰਡਿੰਗ ਹੈ, ਬਾਬਾ ਲਾਡੀ ਸ਼ਾਹ ਉੱਥੇ ਨਕੋਦਰ ਦੇ ਦਰਬਾਰ ਦੀ, ਕਿ ਮੈਨੂੰ ਬਹੁਤਾ ਨਾ ਸਮਝਾਓ ਤੁਸੀਂ, ਐਵੇਂ ਚੱਕਰਾਂ ਵਿੱਚ ਨਾ ਪਾਓ ਤੁਸੀਂ, ਮੇਰੇ ਲਈ ਹੁਣ ਕੋਈ ਹੋਰ ਨਹੀਂ ਬਸ ਪਿਆਰ ਹੀ ਖੁਦਾ ਹੈ, ਮੈਂ ਯਾਰ ਦਾ ਦੀਵਾਨਾ ਮੇਰਾ ਯਾਰ ਹੀ ਖੁਦਾ ਹੈ। ਸੋ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕੀਤਾ, ਉਹ ਵੀ ਬਹੁਤ ਜਲਦੀ ਰਿਕਾਰਡਿੰਗ ਵੀ ਕਰਾ ਰਹੇ ਨੇ। ਆਖਰ ਦੇ ਵਿੱਚ ਤੁਹਾਡੇ ਸਾਰਿਆਂ ਲਈ ਇੱਕ ਪੰਜਾਬੀ ਮਾਂ ਬੋਲੀ ਵਾਸਤੇ ਇਹ ਇੱਕ ਦੋ ਲਾਈਨਾਂ ਨੇ, ਉਸ ਤੋਂ ਬਾਅਦ ਫਿਰ ਜਿਵੇਂ ਬੈਨੀਪਾਲ ਸਾਹਿਬ ਕਹਿਣਗੇ ਕਿ ਤੈਨੂੰ ਫੁੱਲਾਂ ਦੀ ਖੁਸ਼ਬੂ ਆਖਾਂ ਜਾਂ ਪਾਕ ਇਸ਼ਕ ਦੀ ਰੂਹ ਆਖਾਂ, ਤੈਨੂੰ ਫੁੱਲਾਂ ਦੀ ਖੁਸ਼ਬੂ ਆਖਾਂ ਜਾਂ ਪਾਕ ਇਸ਼ਕ ਦੀ ਰੂਹ ਆਖਾਂ, ਛਣਕਾਰ ਤੂੰ ਕੱਚ ਦੀਆਂ ਵੰਗਾਂ ਦੀ, ਤੂੰ ਪੀਂਘ ਜਿਵੇਂ ਸੱਤ ਰੰਗਾਂ ਦੀ, ਜੋ ਮਾਂ ਦੇ ਗਲ ਲੱਗ ਚੁੱਪ ਹੋਇਆ ਉਸ ਬੱਚੇ ਦੀ ਮੁਸਕਾਨ ਜਿਹੀ, ਜਿਹਦੀ ਸਭ ਨੂੰ ਰਹੇ ਉਡੀਕ ਸਦਾ ਤੂੰ ਇੱਦਾਂ ਦੇ ਮਹਿਮਾਨ ਜਿਹੀ, ਸ਼ਰਮਾਕਲ ਕੁੜੀ ਦੀ ਚੁੱਪ ਵਰਗੀ, ਤੂੰ ਪੋ ਮਾਘ ਦੀ ਧੁੱਪ ਵਰਗੀ, ਮਜ਼ਹਬ ਦੀ ਗੱਲ ਨਹੀਂ ਕਰਦਾ ਮੈਂ ਤੂੰ ਸੱਚੇ ਸੁੱਚੇ ਧਰਮ ਜਿਹੀ, ਤੂੰ ਸਿਦਕੋਂ ਲੀਹ ਕੇ ਪੱਥਰ 'ਤੇ ਪਰ ਬੜੀ ਸੁਭਾਅ ਦੀ ਨਰਮ ਜਿਹੀ, ਚਿਰ ਬਾਅਦ ਮਿਲਣ ਦੇ ਚਾਅ ਵਰਗੀ ਤੂੰ ਘਰ ਨੂੰ ਜਾਂਦੇ ਰਾਹ ਵਰਗੀ, ਚਿਰ ਬਾਅਦ ਮਿਲਣ ਦੇ ਚਾਅ ਵਰਗੀ ਤੂੰ ਘਰ ਨੂੰ ਜਾਂਦੇ ਰਾਹ ਵਰਗੀ, ਤੂੰ ਮਿਸ਼ਰੀ ਤੋਂ ਵੱਧ ਮਿੱਠੀ ਹੈ ਪਰ ਕੌੜਿਆਂ ਦੇ ਨਾਲ ਕੌੜੀ ਹੈ, ਉਸ ਪਾਰ ਵੀ ਤੂੰ ਹੀ ਹੋ ਟੱਕਰੀ ਸੈਂ, ਤੂੰ ਉਹੀ ਹੋ ਹੈ ਕਿ ਜੌੜੀ ਹੈ,
ਗੱਲ ਮੁੱਕਦੀ ਠਾਠ ਨਵਾਬੀ ਹੈ, ਤੂੰ ਮਾਂ ਬੋਲੀ ਪੰਜਾਬੀ ਹੈ, ਤੂੰ ਮਾਂ ਬੋਲੀ ਪੰਜਾਬੀ ਹੈ। ਸੋ ਮਾਂ ਬੋਲੀ ਪੰਜਾਬੀ ਜ਼ਿੰਦਾਬਾਦ। ਅਸੀਂ ਸਾਰੇ ਪੰਜਾਬੀ ਹਾਂ, ਮਾਂ ਬੋਲੀ ਪੰਜਾਬੀ ਨੂੰ ਇੱਥੇ ਵਸਾ ਕੇ ਰੱਖੋ। ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਕੈਨੇਡਾ ਦੀ ਧਰਤੀ 'ਤੇ ਰਹਿ ਕੇ ਵੀ ਤੁਸੀਂ ਪੰਜਾਬ ਵਸਾਇਆ ਔਰ ਪੰਜਾਬੀ ਨੂੰ ਜ਼ਿੰਦਾ ਰੱਖਿਆ। ਸੋ ਇੱਕ ਵਾਰ ਫਿਰ ਇਸ ਮਾਣ ਸਨਮਾਨ ਲਈ ਜਿਹੜਾ ਤੁਸੀਂ ਕਰਨਾ ਅਜੇ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ, ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਧੰਨਵਾਦ ਹੈ ਜੀ ਧੰਮੀ ਹੀਰਾਂ ਵਾਲੇ ਦਾ, ਸੋ ਜਿਨ੍ਹਾਂ ਨੇ ਇਸ ਮਹਿਫਲ ਨੂੰ ਚਾਰ ਚੰਨ ਲਾਏ ਨੇ। ਸੋ ਹੁਣ ਅਸੀਂ ਉਸ ਮੁਕਾਮ 'ਤੇ ਆ ਪਹੁੰਚੇ ਹਾਂ ਜਦੋਂ ਇੱਕ ਸਨਮਾਨ ਦਾ ਸਨਮਾਨ ਹੋਣ ਜਾ ਰਿਹਾ, ਅਤੇ ਸਨਮਾਨ ਨੂੰ ਸਨਮਾਨਿਤ ਕਰਨ ਜਾ ਰਹੇ ਨੇ ਅੱਜ ਧੰਮੀ ਹੀਰਾਂ ਵਾਲੇ ਖੁਦ, ਕਿਉਂਕਿ ਉਹਨਾਂ ਨੂੰ ਸਨਮਾਨਿਤ ਕਰਕੇ ਅੱਜ ਇੱਕ ਸਨਮਾਨ ਨੇ ਸਨਮਾਨਿਤ ਹੋਣਾ। ਸੋ ਮੈਂ ਜਿੱਥੇ ਧੰਮੀ ਭਾਅ ਜੀ ਨੂੰ ਦਰਖਾਸਤ ਕਰਦਾ ਕਿ ਉਹ ਸਟੇਜ 'ਤੇ ਆਉਣ, ਉਸ ਦੇ ਨਾਲ ਨਾਲ ਕੁਲਵੰਤ ਢੇਸੀ ਜੀ, ਗੁਰਮੁਖ ਕੁਲਾਰ ਜੀ, ਨੀਟੂ ਕੰਗ, ਪਰਮਜੀਤ ਤੱਖਰ ਸਾਹਿਬ, ਦੋਵੇਂ ਤੱਖਰ ਸਾਹਿਬ, ਐਮ ਪੀ ਸਾਹਿਬ ਨਿਰਮਲ ਧਾਲੀਵਾਲ ਜੀ। ਸੋ ਲਗਭਗ ਮੈਂ ਕਹਿੰਦਾ ਵੀ ਸਾਰੀ ਵਾਰੀ ਵਾਰੀ ਆ ਜਾਈਏ, ਆਪਾਂ ਸਾਰਿਆਂ ਨੇ ਇਹਨਾਂ ਦੇ ਨਾਲ ਫੋਟੋਆਂ ਖਿਚਵਾਉਣੀਆਂ ਨੇ ਅਤੇ ਇਹਨਾਂ ਦਾ ਸਨਮਾਨ ਕਰਨਾ। ਸਾਰੀ ਵਾਰੀ ਵਾਰੀ ਆ ਜਾਇਓ। ਸੋ ਮੈਂ ਚਾਹੁੰਦਾ ਕਿ ਜਿੰਨੇ ਵੀ ਆਏ ਆ ਕੋਈ ਪਿੱਛੇ ਨਾ ਰਹੇ।